ਜੰਡਿਆਲਾ ਵਿੱਚ ਲੁਟੇਰਿਆਂ ਦਾ ਜਿਗਰਾ ਦੇਖੋ, ਕਿਵੇਂ ਉਹਨਾਂ ਵੱਲੋਂ ਕੀਤੀ ਗਈ ਲੁੱਟਖੋ, ਸਾਰਾ ਮਾਮਲਾ ਸੀਸੀਟੀਵੀ ਕੈਮਰੇ ਵਿੱਚ ਕੈਦ। ਜੰਡਿਆਲਾ ਰੈਸਟੋਰੈਂਟ ਵਿੱਚ ਲੁੱਟਖੋ ਕੀਤੀ ਗਈ ਲੁਟੇਰਿਆਂ ਵੱਲੋਂ। ਦੱਸਿਆ ਜਾ ਰਿਹਾ ਹੈ ਕਿ ਜਦੋਂ ਰੈਸਟੋਰੈਂਟ ਦਾ ਮਾਲਕ ਆਪਣੇ ਪੂਰੇ ਦਿਨ ਦੀ ਕਮਾਈ ਗਿਣ ਰਿਹਾ ਸੀ ਤਾਂ ਤਿੰਨ ਅਣਪਛਾਤੇ ਵਿਅਕਤੀ ਰੈਸਟੋਰੈਂਟ ਵਿੱਚ ਦਾਖਲ ਹੁੰਦੇ ਨੇ। ਸੀਸੀਟੀਵੀ ਕੈਮਰੇ ਵਿੱਚ ਤੁਸੀਂ ਦੇਖ ਸਕਦੇ ਹੋ, ਤਿੰਨ ਅਣਪਛਾਤੇ ਵਿਅਕਤੀ ਤੇਜ਼ਧਾਰ ਹਥਿਆਰ ਦੀ ਨੋਕ ਤੇ ਸਾਰੇ ਪੈਸੇ ਲੁੱਟ ਕੇ ਫਰਾਰ ਹੋ ਜਾਂਦੇ ਨੇ। ਮੌਕੇ ਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਪੁਲਿਸ ਵੱਲੋਂ FIR ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ। ਸਾਡੀ ਤਫ਼ਤੀਸ਼ ਚੱਲਦੀ ਆ, ਹੁਣ ਵੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਵਾ ਅਲੱਗ ਅਲੱਗ ਐਂਗਲ ਤੋਂ ਟੈਕਨੀਕਲ ਤਰੀਕੇ ਨਾਲ ਇਹਨੂੰ ਬਹੁਤ ਜਲਦ ਟ੍ਰੇਸ ਕਰਕੇ ਦੋਸ਼ੀ ਸਖ਼ਤ ਕਾਰਵਾਈ ਕੀਤੀ ਜਾਊ। ਇਹਦੇ 'ਚ 3 ਆਦਮੀ ਸੀਗੇ ਜੀ, ਅਤੇ ਤਕਰੀਬਨ ਆਇਡੈਂਟੀਫਾਈ ਹੋ ਗਏ ਨੇ, ਅਤੇ ਸਾਡੀਆਂ ਟੀਮਾਂ ਜਿਹੜੀਆਂ ਪਿੱਛੇ ਲੱਗੀਆਂ ਹੋਈਆਂ, ਜਲਦ ਇਹਨਾਂ ਦਾ ਅਰੈਸਟ ਕਰਕੇ ਅਤੇ ਕਾਰਵਾਈ। ਸਰ ਕੱਲ੍ਹ 10:05 ਦਾ ਟਾਈਮ, ਠੀਕ ਹੈ ਸਰ, ਅਤੇ 3 ਬੰਦੇ ਆਏ ਸੀ, ਮੂੰਹ ਲੇਟਿਆ ਸੀ ਉਹਨਾਂ ਨੇ, ਮੂੰਹ ਲੇਟਿਆ ਸੀ ਉਹ 3 ਬੰਦੇ ਆਏ, ਇੱਕ ਮੇਰਾ ਸਟਾਫ ਮੈਂਬਰ ਸੀ, ਇੱਕ ਮੈਂ ਹਾਂ, ਦੋ ਜਣੇ ਹਾਂ ਉਸ ਟਾਈਮ, ਅਤੇ ਆਪਣਾ ਮੇਰਾ ਜਿਹੜਾ ਸਟਾਫ ਮੈਂਬਰ ਸੀ ਉਹ ਬਾਹਰ ਗੇਟ ਵੱਲ ਜਾਂਦਾ ਪਿਆ ਸੀ, ਉਹਨੇ ਗੇਟ ਨੂੰ ਲਿਆ ਹੱਥ ਹੀ ਲਾਇਆ ਤਾਂ ਉੱਧਰੋਂ 3 ਬੰਦੇ ਆਏ, ਉਹਨਾਂ ਗੇਟ ਨੂੰ ਧੱਕਾ ਮਾਰਿਆ ਅਤੇ ਮੇਰਾ ਸਟਾਫ ਮੈਂਬਰ ਇੱਧਰ ਸਾਈਡ 'ਤੇ ਹੋ ਗਿਆ। ਉਹ ਜਿਹੜੇ 2 ਬੰਦੇ ਸਿੱਧਾ ਮੇਰੇ ਨਾਲ ਆਏ ਹੱਥੋਂ ਬਾਈ ਹੋਣ ਲੱਗ ਪਏ, ਅਤੇ ਮੇਰੇ ਕੋਲ ਜਿਹੜਾ ਮੇਰੇ ਹੱਥ ਕੈਸ਼ ਸੀ ਉਹ ਕੈਸ਼ ਖੋਲਿਆ ਅਤੇ ਗੱਲੇ ਦਾ ਜਿਹੜਾ ਕੈਸ਼ ਸੀ ਸਾਰਾ ਕੈਸ਼ ਲੈ ਗਏ। ਕੈਸ਼ ਸਰ 25,000 ਰੁਪਇਆ ਕੈਸ਼ ਸੀ, ਨਾਲ 2 ਮੋਬਾਈਲ ਲੈ ਕੇ ਗਏ ਨੇ। ਨਹੀਂ ਸਰ, ਪਿਸਟਲ ਜਿਹੜਾ ਉਹਨਾਂ ਨੇ ਪਹਿਲਾਂ ਆਣ ਕੇ ਮੇਰੇ ਇੱਥੇ ਲਾਇਆ ਸੀ, ਅਤੇ ਬਾਅਦ ਵਿੱਚ ਦੋਨੋਂ ਆਣ ਕੇ ਹੱਥੋਂ ਪਾਈ ਕਰਨ ਲੱਗ ਪਏ। ਪੁਲਿਸ ਕਹਿੰਦੀ ਵੀ ਜਲਦ ਤੋਂ ਜਲਦ ਮੁਜ਼ਰਿਮ ਫੜੇ ਜਾਣਗੇ ਬਾਈ। ਅਸੀਂ ਸਰ ਕੀ ਮੰਗ, ਅਸੀਂ ਤਾਂ ਇਹੀ ਕਹਾਂਗੇ ਜਲਦ ਤੋਂ ਜਲਦ ਜਿਹੜੇ ਅਪਰਾਧੀ ਫੜੇ।